ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਅਗਲੀ ਵਾਰੀ ਆਪਣੀ ਹੈ। ਜਿਹੜੇ ਲੋਕ ਬਹੁਤ ਤਾੜੀਆਂ ਮਾਰਦੇ ਨੇ, ਖੁਸ਼ ਹੁੰਦੇ ਨੇ 370 ਦੇ ਵਿਡਰੋਲ ਤੇ ਜਾਂ ਕਸ਼ਮੀਰ ਤੇ, ਉਹ ਸੁਚੇਤ ਹੋ ਜਾਣ, ਕਿਉਂਕਿ ਪਿਛਲੇ ਕੁਝ ਸਮੇਂ ਦੇ ਘਟਨਾਕ੍ਰਮ ਜਿਹੜੇ ਨੇ ਉਹ ਦਰਸਾਉਂਦੇ ਨੇ ਕਿ ਪੰਜਾਬ ਇਜ਼ ਦਾ ਨੈਕਸਟ ਟਾਰਗੇਟ। ਸਭ ਤੋਂ ਪਹਿਲਾਂ ਮੈਂ ਫਲੱਡਸ ਦੀ ਗੱਲ ਕਰਦਾ ਹਾਂ। ਇੱਥੇ ਮਿਸਟਰ ਡੀ ਕੇ ਸ਼ਰਮਾ ਬੀਬੀਐਮਬੀ ਦੇ ਚੇਅਰਮੈਨ ਬੜੇ ਮੁਸਕਰਾ ਕੇ ਕਹਿੰਦੇ ਗਏ ਨੇ ਕਿ ਇਹ ਤਾਂ ਨੈਚੁਰਲ ਡਿਜ਼ਾਸਟਰ ਹੈ, ਇਹ ਮੈਨਮੇਡ ਡਿਜ਼ਾਸਟਰ ਨਹੀਂ ਗਾ। ਇਹਦੇ ਵਿੱਚ ਤਾਂ ਭਾਖੜਾ ਡੈਮ ਦੇ ਲੈਵਲ ਨੂੰ ਮੇਨਟੇਨ ਕਰਨ ਲਈ ਸਾਨੂੰ ਪਾਣੀ ਛੱਡਣਾ ਪਿਆ, ਔਰ ਅਸੀਂ ਤਾਂ ਪਾਣੀ ਬਹੁਤ ਥੋੜਾ ਜਿਹਾ ਛੱਡਿਆ ਵਾ। ਅਸਲ ਪਾਣੀ ਜਿਹੜਾ ਕਹਿੰਦੇ ਆਏ 6 ਨਦੀਆਂ ਰਿਵਰਲੇਟਸ ਨੇ, ਜਿਹੜੇ ਉਹਨਾਂ ਦੇ ਨਾਮ ਵੀ ਉਹਨਾਂ ਨੇ ਗਿਣਾਏ, ਜਿਹੜੇ ਸਤਲੁਜ ਵਿੱਚ ਡਾਇਰੈਕਟਲੀ ਫਲੋ ਕਰਦੇ ਨੇ ਪਹਾੜਾਂ ਤੋਂ, ਇਹ ਸਾਰੀ ਜਿਹੜੀ ਜੋ ਕੁਛ ਖਰਾਬਾ ਹੋਇਆ ਇਹ ਉਸ ਦੀ ਦੇਣ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਕਹਿੰਦੇ ਕੋਈ ਰੋਲ ਨਹੀਂ ਇਹਦੇ ਵਿੱਚ ਹੈਗਾ। ਪਹਿਲਾ ਮੁੱਢਲਾ ਜਿਹੜਾ ਇਸ ਨੂੰ ਮੈਂ ਢਹਿ ਢੇਰੀ ਕਰਨਾ ਚਾਹੁੰਦਾ ਦਲੀਲ ਨੂੰ, ਕਿ ਜੇ ਅਗਰ ਇਹੀ ਗੱਲ ਹੈ ਤਾਂ ਫਿਰ ਬਿਆਸ ਵਿੱਚ ਵੀ ਹੜ੍ਹ ਆਉਣੇ ਚਾਹੀਦੇ ਸੀਗੇ। ਬਿਆਸ ਆਲਸੋ ਕਮਸ ਡਾਊਨ ਫਰੋਮ ਹਿਮਾਚਲ ਪ੍ਰਦੇਸ਼। ਬਾਰਿਸ਼ ਹਿਮਾਚਲ ਵਿੱਚ ਰਾਈਟ ਅਕ੍ਰੋਸ ਮਨਾਲੀ ਤੋਂ ਲੈ ਕੇ ਤੇ ਦੂਜੇ ਸਿਰੇ ਤੱਕ ਸ਼ਿਮਲਾ ਪੌਂਟਾ ਸਾਹਿਬ ਤੱਕ ਉਹੀ ਬਾਰਿਸ਼ ਹੋਈ ਹੈ। ਜੋ ਇਹ ਤਾਂ ਹੈ ਨੀ ਗਾ ਕਿ ਪਾਕਿਟਸ ਵਿੱਚ ਬਾਰਿਸ਼ ਹੋਈ ਹੈ। ਤੇ ਜੇ ਸਤਲੁਜ ਨੇ ਇਹ ਕਹਿਰ ਮਚਾਇਆ ਵਾ 6 ਨਦੀਆਂ ਕਰਕੇ ਜਿਹੜੀਆਂ ਡਾਇਰੈਕਟਲੀ ਪਹਾੜਾਂ ਚੋਂ ਫਲੋ ਕਰਕੇ ਸਤਲੁਜ ਦਰਿਆ ਚ ਆਉਂਦੀਆਂ, ਤੇ ਫਿਰ ਬਿਆਸ ਦਰਿਆ ਦੇ ਵਿੱਚ ਵੀ ਕਹਿਰ ਆਉਣਾ ਚਾਹੀਦਾ ਸੀਗਾ। ਮੇਰਾ ਇਲਾਕਾ ਭੁਲੱਥ ਜਿਹੜਾ ਵਾ ਉਹ ਘੱਟੋ ਘੱਟ ਨਹੀਂ ਤਾਂ 40 ਕਿਲੋਮੀਟਰ ਬਿਆਸ ਦਰਿਆ ਦੇ ਨਾਲ ਲੱਗਦਾ ਵਾ, ਪਰ ਉੱਥੇ ਕਿਸੇ ਤਰ੍ਹਾਂ ਦਾ ਕੋਈ ਫਸਲਾਂ ਦਾ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਹੋਇਆ। ਮੈਂ ਸ਼ਾਹਕੋਟ ਵਿਜ਼ਿਟ ਕੀਤਾ ਸੀਗਾ। ਸਾਡਾ ਇਹ ਮੰਨਣਾ ਵਾ ਕਿ ਇਹ ਬੀਬੀਐਮਬੀ ਨੇ ਇੱਕ ਸਾਜਿਸ਼ ਦੇ ਤਹਿਤ, ਜਦ ਤਾਂ ਪੰਜਾਬ ਦਾ ਪਾਣੀ ਸਾਡੇ ਦਰਿਆਵਾਂ ਦਾ ਦੇਣਾ ਹੁੰਦਾ ਉਹ ਤਾਂ ਹਰਿਆਣੇ ਤੇ ਰਾਜਸਥਾਨ ਨੂੰ ਦੇ ਦਿੰਦੇ ਨੇ, ਜਦੋਂ ਵਾਟਰ ਲੈਵਲ ਇਨਕਰੀਜ਼ ਹੋ ਰਿਹਾ ਸੀ ਭਾਖੜਾ ਦਾ, ਇਹਨਾਂ ਨੇ ਅਚਾਨਕ ਵਿਦਆਊਟ ਐਨੀ ਨੋਟਿਸ ਟੂ ਦਾ ਪੀਪਲ ਆਫ ਪੰਜਾਬ ਜਿਸ ਢੰਗ ਦੇ ਨਾਲ ਏਡੇ ਵੱਡੇ ਪੱਧਰ ਦੇ ਉੱਤੇ ਪਾਣੀ ਛੱਡਿਆ, ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋਇਆ। ਗੌਰਮੈਂਟ ਇਹਨੂੰ 1700 ਕਰੋੜ ਤੇ ਪੈਕ ਕਰਦੀ ਹੈ, ਗਲਤ ਕਹਿੰਦੀ ਹੈ। ਗੌਰਮੈਂਟ ਕਹਿੰਦੀ ਆ ਸਿਰਫ 30 ਪਿੰਡਾਂ ਦਾ ਨੁਕਸਾਨ ਹੋਇਆ, 10,000 ਏਕੜ ਫਸਲ ਖਰਾਬ ਹੋਈ ਆ, ਐਬਸੋਲੂਟਲੀ ਟ੍ਰੈਸ਼, ਲੱਖਾਂ ਏਕੜਾਂ ਦਾ ਨੁਕਸਾਨ ਹੋਇਆ ਵਾ, ਮਾਲ ਡੰਗਰ ਲੋਕਾਂ ਦੇ ਬੇਤਹਾਸ਼ਾ ਖਰਾਬ ਹੋਏ ਨੇ। ਸ਼ਾਹਕੋਟ ਵਿੱਚ ਅੱਜ ਵੀ ਕੁਝ ਸਪੋਟ ਤੇ 20-20 ਫੁੱਟ ਪਾਣੀ ਸੀਗਾ, ਜੋ ਮੈਂ ਅੱਜ ਤੋਂ 3 ਦਿਨ ਪਹਿਲਾਂ ਗਿਆ ਵਾ, 10-15 ਫੁੱਟ ਪਾਣੀ ਲਗਾਤਾਰ ਔਰ ਲਗਾਤਾਰ ਚੱਲ ਰਿਹਾ ਵਾ। ਔਰ ਇਹਦੇ ਪਿੱਛੇ ਮੈਂ ਸਮਝਦਾ ਕਿ ਅਗਰ ਬੀਬੀਐਮਬੀ ਨੇ ਵਾਟਰ ਰਿਲੀਜ਼ ਕਰਨਾ ਹੀ ਸੀਗਾ ਕਿ ਖਤਰਾ ਹੋ ਰਿਹਾ 1685 ਫੁੱਟ ਤੇ, ਦੇ ਸ਼ੁੱਡ ਹੈਵ ਡਨ ਇਟ ਵੈਲ ਇਨ ਟਾਈਮ। ਜਦੋਂ ਤਾਂ ਪੰਜਾਬ ਦੇ ਲੋਕਾਂ ਨੂੰ ਫਸਲਾਂ ਦੀ ਲੋੜ ਸੀ ਪਾਣੀ ਦੀ, ਮਈ ਦੇ ਮਹੀਨੇ ਵਿੱਚ, ਜੂਨ ਦੇ ਮਹੀਨੇ ਵਿੱਚ ਤਿਆਰੀ ਕਰਨੀ ਸੀ ਝੋਨੇ ਦੀ ਤੇ ਦੂਸਰੀਆਂ ਫਸਲਾਂ ਦੇ ਪਾਲਣ ਵਾਸਤੇ ਪਾਣੀ ਚਾਹੀਦਾ ਸੀਗਾ, ਸਾਡੀਆਂ ਸਾਰੀਆਂ ਨਹਿਰਾਂ ਖਾਲੀ ਸੀ। ਮਤਲਬ ਜਿੰਨੀਆਂ ਡਿਸਟ੍ਰੀਬਿਊਟਰੀ ਸਰਹੰਦ ਕਨਾਲ ਦੀਆਂ, ਬਠਿੰਡਾ ਕਨਾਲ, ਈਸਟਰਨ ਕਨਾਲ, ਲਾਧੋਕੇ ਕਨਾਲ, ਜਿੰਨੇ ਸਾਰਾ UBDC ਮਾਝੇ ਦਾ ਸਾਰਾ ਬਿਸ ਦੁਆਬ, ਟੋਟਲ ਪਾਣੀ ਜਿਹੜਾ ਨਹਿਰਾਂ ਦਾ ਪੰਜਾਬ ਦਾ ਜਿਹੜਾ ਖਾਲੀ ਸੀਗਾ। ਤੇ ਜਿਹੜਾ ਪਾਣੀ ਬਦਕਿਸਮਤੀ ਨਾਲ ਬੀਬੀਐਮਬੀ ਨੇ ਛੱਡਿਆ, ਵੀ ਮਈ ਤੋਂ ਲੈ ਕੇ ਕੋਈ 25 ਕੁ ਦਿਨ ਲਗਾਤਾਰ ਪਾਣੀ ਛੱਡਿਆ, ਉਹ ਸਾਰਾ ਪਾਕਿਸਤਾਨ ਨੂੰ ਪਾਣੀ ਦਿੱਤਾ, ਪੰਜਾਬ ਦੀਆਂ ਨਹਿਰਾਂ ਨੂੰ ਪਾਣੀ ਨਹੀਂ ਦਿੱਤਾ। ਸਾਡਾ ਵਾਟਰ ਟੇਬਲ ਰੀਚਾਰਜ ਹੋ ਸਕਦਾ ਸੀ, ਉਹਦੇ ਵਾਸਤੇ ਪਾਣੀ ਨਹੀਂ ਰਿਲੀਜ਼ ਕੀਤਾ ਗਿਆ, ਉਹ ਸਾਰਾ ਹਰੀਕੇ ਹੈੱਡਵਰਕਸ ਤੋਂ। ਅਨਫੋਰਚੁਨੇਟਲੀ ਕੈਪਟਨ ਅਮਰਿੰਦਰ ਸਿੰਘ ਡਿਡ ਨਾਟ ਪੇ ਹੀਡ, ਉਹ ਸਾਰਾ 60 ਤੋਂ 70 ਹਜ਼ਾਰ ਕਿਊਸਿਕ ਪਾਣੀ ਸਾਰਾ ਉਸ ਵਕਤ ਉਹ ਪਾਕਿਸਤਾਨ ਨੂੰ ਚਲੇ ਗਿਆ। ਅਸੀਂ ਪਾਕਿਸਤਾਨ ਦੇ, ਮੈਂ ਪਾਣੀ ਦੇਣ ਦੇ ਖਿਲਾਫ਼ ਨਹੀਂ, ਇੰਡਸ ਵਾਟਰ ਟ੍ਰੀਟੀ ਦਾ ਬੇਸਿਨ ਦਾ ਹਿੱਸਾ ਵਾ, ਉਹਨਾਂ ਨੂੰ ਜਾਣਾ ਵਾ ਪਾਣੀ, ਪਰ ਪਹਿਲਾਂ ਪੰਜਾਬ ਆਪਣੀਆਂ ਨਹਿਰਾਂ ਭਰ ਲੈਂਦਾ। ਅੱਜ ਵੀ ਨਹਿਰਾਂ ਖਾਲੀ ਨੇ, ਮਾਈਂਡ ਯੂ, ਬਠਿੰਡਾ ਕਨਾਲ, ਈਸਟਰਨ ਕਨਾਲ, ਕੁਛ ਨਹਿਰਾਂ ਪੰਜਾਬ ਦੀਆਂ ਸ਼ਾਇਦ ਲੁਧਿਆਣੇ ਤੋਂ ਨੇੜੇ ਕੁਛ ਨਹਿਰਾਂ ਅੱਜ ਵੀ ਖਾਲੀ ਨੇ, ਬਟ ਇਹ ਜਿਹੜਾ ਸਾਰਾ ਹੋਇਆ ਵਾ ਇਹ ਬਿਆਸ ਬੀਬੀਐਮਬੀ ਦੇ ਪਾਣੀ ਛੱਡਣ ਦੇ ਨਾਲ ਹੀ ਹੋਇਆ ਵਾ। ਲੈ ਕੇ ਆਇਆ 12 ਦੇ ਵਿੱਚ ਵੀ ਆਇਆ 8,000, 9,000, 7,000 ਕਿਊਸਿਕ ਪਾਣੀ ਬਿਆਸ ਸਤਲੁਜ ਲਿੰਕ ਤੋਂ ਕਰਕੇ ਫਿਰ ਦੁਬਾਰਾ ਇਸੇ ਸਤਲੁਜ ਦਰਿਆ ਦੇ ਵਿੱਚ ਭਾਖੜਾ ਰਿਜ਼ਰਵਾਇਰ ਦੇ ਜ਼ਰੀਏ ਪੰਜਾਬ ਦੇ ਵਿੱਚ ਛੱਡਿਆ ਗਿਆ। ਘੱਟੋ ਘੱਟ ਉਹ ਬਚਾ ਸਕਦੇ ਸੀਗੇ। ਇਸ ਲਈ ਇਹ ਜਿਹੜਾ ਸਾਰਾ ਕੁਝ ਕੀਤਾ ਗਿਆ ਵਾ ਇਹ ਇੱਕ ਕਿਸਮ ਦੀ ਗਿਣੀ ਮਿਟੀ ਸਾਜਿਸ਼ ਦੇ ਤਹਿਤ ਹੋਇਆ ਵਾ, ਔਰ ਏਡਾ ਵੱਡਾ ਨੁਕਸਾਨ ਜਿਹੜਾ ਕੀਤਾ ਗਿਆ ਪੰਜਾਬ ਦਾ, ਇਹਦੀ ਭਰਪਾਈ ਹੋਣੀ ਚਾਹੀਦੀ ਹੈ। ਕੈਪਟਨ ਅਮਰਿੰਦਰ ਸਿੰਘ ਏਰੀਅਲ ਸਰਵੇ ਕਰਕੇ ਮੁੜਿਆ ਨੇ, ਇਹ ਤਾਂ ਸ਼ੁਕਰ ਕਰੋ ਕਿ ਪੰਜਾਬ ਦੇ ਆਵਾਮ ਨੇ, ਪੰਜਾਬ ਦੀਆਂ ਸੰਸਥਾਵਾਂ ਨੇ ਆਪ ਮੁਹਾਰੇ ਉੱਥੇ ਲੋਕਾਂ ਤੱਕ ਹਰ ਕਿਸਮ ਦੀ ਇਮਦਾਦ ਪਹੁੰਚਾਤੀ, ਪਾਣੀ ਪਹੁੰਚਾਤਾ, ਲੰਗਰ ਪਹੁੰਚਾਤਾ, ਮਾਲ ਡੰਗਰ ਦੀ ਚਾਰਾ ਪਹੁੰਚਾਤਾ, ਕੱਪੜੇ ਲਿੱਤਾ, ਸਭ ਕੁਛ ਪਹੁੰਚਾਤਾ। ਇਨਫੈਕਟ VIPs ਦੀ ਅਮਰਿੰਦਰ ਸਿੰਘ ਦੀ ਵਿਜ਼ਿਟ ਇੰਪੈਡੀਮੈਂਟ ਸੀਗਾ, ਜਿੱਦਣੇ ਗਏ ਨੇ ਉਦੋਂ ਤੇ ਸਾਰੇ ਰਾਹਤ ਕਾਰਜ ਜਿਹੜੇ ਰੋਕ ਦਿੱਤੇ ਗਏ,
ਸਾਰੇ ਬੈਰੀਕੇਡ ਲਾ ਦਿੱਤੇ ਗਏ, ਪੁਲਿਸ ਨੇ ਲੋਕਾਂ ਨੂੰ ਉੱਥੇ ਕੀਤਾ। ਇਸ ਦੇ ਨਾਲ ਨਾਲ ਐਸਜੀਪੀਸੀ ਦਾ ਅਟਲ ਫੇਲੀਅਰ ਹੈ ਇਹ। ਐਸਜੀਪੀਸੀ ਜੋ ਸਾਡੇ ਪੁਰਖਿਆਂ ਨੇ, ਪੂਰਵਜਾਂ ਨੇ ਕੁਰਬਾਨੀਆਂ ਦੇ ਕੇ ਇੱਕ ਕੌਮੀ ਸੰਸਥਾ ਖੜੀ ਕੀਤੀ ਸੀ ਸਰਬੱਤ ਦੇ ਭਲੇ ਵਾਸਤੇ, ਅੱਜ ਉਹਦੀ ਬਹੁਤ ਲੋੜ ਸੀ, ਲੇਕਿਨ ਐਸਜੀਪੀਸੀ ਕਿਤੇ ਨਹੀਂ ਪਹੁੰਚ ਸਕੀ। ਕੱਲੀ ਐਸਜੀਪੀਸੀ ਜਿਹਦਾ ਅੱਜ ਕਾਗਜ਼ਾਂ ਚ 1100 ਕਰੋੜ ਦਾ ਬਜਟ ਹੈ, ਹਾਲਾਂਕਿ ਬਜਟ ਕਈ ਗੁਣਾ ਜ਼ਿਆਦਾ ਹੋਣਾ ਚਾਹੀਦਾ, ਇਹ ਕੱਲੀ ਇਸ ਫਲੱਡ ਸਿਚੁਏਸ਼ਨ ਨੂੰ ਹੈਂਡਲ ਕਰ ਸਕਦੀ ਸੀਗੀ। ਉਹਦੇ ਲਾਗੇ ਲਾਗੇ ਸ਼ਾਹਕੋਟ, ਸੁਲਤਾਨਪੁਰ ਲੋਧੀ, ਕਪੂਰਥਲਾ, ਆਨੰਦਪੁਰ ਸਾਹਿਬ, ਰੋਪੜ, ਇਹ ਸਾਰਿਆਂ ਦੇ ਲਾਗੇ ਇਤਿਹਾਸਕ ਗੁਰਦੁਆਰਾ ਸਾਹਿਬ ਜਿਹੜੇ ਕਿ ਹੈਂਡਲ ਕਰ ਸਕਦੇ ਸੀ, ਲੇਕਿਨ ਅਨਫੋਰਚੁਨੇਟਲੀ ਇਹ ਹੋਇਆ ਨਹੀਂ।